ਮਾਸ਼ਾਅੱਲਾ ਜਿੰਨੇ ਤੁਸੀਂ ਮਸ਼ਹੂਰ ਹੋਏ ਇੰਨਾ ਤੇ ਮਸ਼ਹੂਰ ਡੈਂਗੀ ਦਾ ਡੰਗ ਨਹੀਂ ਹੋਇਆ। ਮੇਰਾ ਮਤਲਬ ਆ ਇੰਨੀ ਮਿਹਨਤ ਤੁਸੀਂ ਵਾਜਾ ਵਜਾ ਕੇ ਕਰਦੇ ਹੋ ਜਾਂ ਵਾਜਾ ਤੋੜ ਕੇ? ਨਹੀਂ ਜੀ, ਮੈਂ ਵਾਜਾ ਵਜਾ ਕੇ ਸਿਰਫ ਮਿਹਨਤ ਕਰਦਾ, ਬਾਕੀ ਕਈ ਲੋਕ ਵਾਜੇ ਦੇ ਉੱਤੇ ਕੋਟ ਰੱਖ ਕੇ ਇਸਤਰੀ ਵੀ ਕਰ ਲੈਂਦੇ ਨੇ। ਮਤਲਬ ਕਿ ਵਾਜੇ ਤੋਂ ਬਗੈਰ ਨਾ ਤੁਸੀਂ ਸਰੀਲੇ ਹੋ ਸਕਦੇ ਆ, ਨਾ ਤੁਸੀਂ ਜ਼ਹਿਰੀਲੇ ਹੋ ਸਕਦੇ ਆ, ਬਸ ਸੁੱਕ ਕੇ ਤੁਸੀਂ ਤੀਲੇ ਹੋ ਸਕਦੇ। ਅੱਛਾ ਅੱਛਾ, ਇਹ ਦੱਸੋ ਵੀ ਤੁਹਾਡੇ ਵਰਗਾ ਸਿੰਗਰ ਬਣਾਉਣ ਲਈ ਮਿੱਟੀ ਕਿੰਨੀ ਕੁ ਚਾਹੀਦੀ ਹੈ, ਤੂੜੀ ਕਿੰਨੀ ਕੁ ਚਾਹੀਦੀ ਹੋਊਗੀ, ਜਾਂ ਦਿਮਾਗ 'ਚ ਕਿੰਨੀ ਕੁ ਤੂੜੀ ਭਰੀ ਹੋਣੀ ਚਾਹੀਦੀ ਹੈ ਜਿਹੜਾ ਤੁਹਾਡੇ ਵਰਗਾ ਸਿੰਗਰ ਬਣੂ? ਮੇਰੇ ਵਰਗਾ ਸਿੰਗਰ ਬਣਾਉਣ ਲਈ ਇੱਕ ਉਸਤਾਦ ਚਾਹੀਦਾ, ਉਸਤਾਦ ਫੀਸ ਨਾ ਮੰਗੇ ਉਹਨੂੰ ਇਹ ਚਾਹੀਦਾ, ਤੇ ਮੇਰੇ ਵਰਗਾ ਸ਼ਾਗਿਰਦ ਚਾਹੀਦਾ। ਹਾਂ, ਤੇ ਤੈਨੂੰ ਹੁਣ ਮੇਰੇ ਕੋਲੋਂ ਦਫਾ ਹੋ ਜਾਣਾ ਚਾਹੀਦਾ।